ਬਿਕਰਮਜੀਤ ਸਿੰਘ ਨਾਮ ਦੇ ਨੌਜਵਾਨ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਤੋਂ ਅਗਵਾ ਕਰਕੇ ਕਤਲ ਕਰ ਨਹਿਰ ਵਿੱਚ ਸੁੱਟਣ ਵਾਲੇ 11 ਪੁਲਿਸ ਮੁਲਾਜ਼ਮਾਂ ਸਣੇ ਕੁੱਲ 13 ਦੋਸ਼ੀਆਂ ਨੂੰ ਅੰਮ੍ਰਿਤਸਰ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਵੱਲੋਂ ਇਸ ਮਾਮਲੇ ਵਿੱਚ ਇੰਸਪੈਕਟਰ ਨਾਰੰਗ ਸਿੰਘ ਜੋ ਕਿ ਮੁੱਖ ਦੋਸ਼ੀ ਹੈ ਉਸਦੇ ਨਾਲ ASI ਗੁਲਸ਼ਨਵੀਰ ਸਿੰਘ, ASI ਸੁਵਿੰਦਰ ਸਿੰਘ, ਹੈੱਡ ਕਾਂਸਟੇਬਲ ਜਗਜੀਤ ਸਿੰਘ, ਗੁਰਪ੍ਰੀਤ ਸਿੰਘ, ਲਖਵਿੰਦਰ ਸਿੰਘ, ਸਿਪਾਹੀ ਮਖਤੂਲ ਸਿੰਘ, ਅੰਗਰੇਜ਼ ਸਿੰਘ, ਲਖਵਿੰਦਰ ਸਿੰਘ, ਅਮਨਦੀਪ ਸਿੰਘ, ਰਣਧੀਰ ਸਿੰਘ ਅਤੇ ਇੱਕ ਟਰੈਕਟਰ ਏਜੰਸੀ ਦਾ ਮਾਲਕ ਦੀਪਰਾਜ ਸਿੰਘ ਅਤੇ ਪੁਲਿਸ ਦਾ ਮੁਖਬਰ ਜਗਤਾਰ ਸਿੰਘ ਉਰਫ ਕਾਂਸੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਪੀੜਤ ਪਰਿਵਾਰ ਦੇ ਵਕੀਲ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਸੁਣਾਈ ਗਈ ਸਜ਼ਾ ਤੋਂ ਪੀੜਤ ਪਰਿਵਾਰ ਸੰਤੁਸ਼ਟ ਹੈ। ਦੇਖੋ, ਰਿਕੁਐਸਟ ਸਾਡੇ ਵੱਲੋਂ ਵੀ ਬੈਂਚ ਦੇ ਅੱਗੇ, ਜੱਜ ਸਾਹਿਬ ਦੇ ਅੱਗੇ ਇਹੀ ਕੀਤੀ ਗਈ ਸੀ ਵੀ ਇਹ ਰੇਅਰੈਸਟ ਆਫ ਰੇਅਰੈਸਟ ਕੇਸ ਹੈ, ਕਿਉਂਕਿ ਇੱਕ ਪੁਲਿਸ ਜਿਹੜਾ ਕਿ ਆਮ ਜਨਤਾ ਦਾ ਰਖਵਾਲਾ, ਉਹਨਾਂ ਵੱਲੋਂ ਹੀ ਇੱਕ ਬੰਦੇ ਨੂੰ ਟੋਰਚਰ ਕਰਕੇ ਇਲੀਗਲੀ ਅਤੇ ਉਹਦੀ ਮੌਤ ਕੀਤੀ ਗਈ ਹੈ। ਬਟ ਜੱਜ ਸਾਹਿਬ ਦਾ ਆਪਣਾ ਵਿਊ ਸੀ ਵੀ ਨਹੀਂ, ਇਹ ਰੇਅਰੈਸਟ ਆਫ ਰੇਅਰੈਸਟ ਕੇਸ ਦੇ ਵਿੱਚ ਨਹੀਂ ਆਉਂਦਾ। ਸੋ ਜੱਜ ਸਾਹਿਬ ਨੇ ਡੈਥ ਪੈਨਲਟੀ ਤੋਂ ਬਾਅਦ ਜਿਹੜੀ ਮੈਕਸੀਮਮ ਸਜ਼ਾ ਸੀ ਉਹ ਲਾਈਫ ਇੰਪ੍ਰਿਜ਼ਨਮੈਂਟ ਸੀ, ਉਹ ਜੱਜ ਸਾਹਿਬ ਨੇ ਸੁਣਾਈ ਹੈ। ਹਾਈ ਕੋਰਟ ਜਾਣਾ ਜਾਇਆ ਜਾਏਗਾ ਕਿ ਨਹੀਂ ਜਾਏਗਾ? ਨਹੀਂ, ਵੀ ਆਰ ਸੈਟਿਸਫਾਈਡ ਵਿਦ ਦੀ ਵਰਡਿਕਟ ਆਫ ਦੀ ਆਨਰੇਬਲ ਕੋਰਟ, ਸੋ ਵੀ ਆਰ ਨੋਟ ਥਿੰਕਿੰਗ ਆਫ ਫਾਈਲਿੰਗ ਐਨੀ ਅਪੀਲ ਬਿਫੋਰ ਦੀ ਆਨਰੇਬਲ ਹਾਈ ਕੋਰਟ। ਹਾਲਾਂਕਿ ਇਸ ਮਾਮਲੇ ਵਿੱਚ ਇੱਕ ਮੁਲਜ਼ਮ ਹਾਲੇ ਵੀ ਫਰਾਰ ਦੱਸਿਆ ਜਾ ਰਿਹਾ ਹੈ। ਜਿਹੜਾ ਮੁਕਦਮਾ ਸੀਗਾ 2014 ਦਾ ਮੁਕਦਮਾ ਸੀ, 128/14 302 ਦੇ ਸੈਕਸ਼ਨ ਤਾਂ ਦਰਜ ਹੋਇਆ ਸੀ। ਇਹਦੇ ਵਿੱਚ ਅੱਜ ਜੱਜ ਸਾਹਿਬ ਨੇ, ਬਾਜਵਾ ਸਾਹਿਬ ਨੇ 11 ਪੁਲਿਸ ਮੁਲਾਜ਼ਮ ਅਤੇ 2 ਪ੍ਰਾਈਵੇਟ ਵਿਅਕਤੀ 13 ਬੰਦਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸਰ, ਇਹ ਟੋਟਲ 13 ਵਾ, ਉਹਨਾਂ ਦੇ ਪਰਿਵਾਰ ਦਾ ਕਹਿਣਾ ਵਾ ਕਿ 14 ਸੀ, ਇੱਕ ASI ਹਜੇ ਤੱਕ ਪੁਲਿਸ ਦੇ ਕਾਬੀ ਨਹੀਂ ਚੜਿਆ। ਉਹ ਇੱਕ ASI ਜਿਹੜਾ ਅਜੇ ਉਹ PO ਕਰਾਰ ਚੱਲ ਰਿਹਾ, PO ਆ, ਜੋ ਅਰੈਸਟ ਨਹੀਂ ਹੋਈ ਉਹਦੀ, ਅਰੈਸਟ ਹੋਣ ਤੋਂ ਬਾਅਦ ਉਹਦਾ ਟ੍ਰਾਇਲ ਹੋਏਗਾ। ਉੱਧਰ ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਨਾਰੰਗ ਸਿੰਘ ਨੇ ਕਿਹਾ ਕਿ ਸਾਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਬਲੀ ਦਾ ਬੱਕਰਾ ਬਣਾਇਆ ਹੈ। ਬਿਕਰਮਜੀਤ ਅਕਾਲੀ ਦਲ ਦੇ ਲੀਡਰ ਦੇ ਕਤਲ ਮਾਮਲੇ 'ਚ ਨਾਮਜ਼ਦ ਸੀ ਅਤੇ ਇੱਕ ਸਿਆਸੀ ਆਗੂ ਗੁਰਦਿਆਲ ਸਿੰਘ ਸਮੇਤ 6 ਲੋਕਾਂ ਨੂੰ ਮਾਰਨ ਦੇ ਮਾਮਲੇ ਵਿੱਚ ਮੁਲਜ਼ਮ ਸੀ। ਯਾਰ, ਸਾਡਾ ਕੋਈ ਕਸੂਰ ਨਹੀਂ, ਉਹ ਖਿਡਾਰੀ ਨੇ ਸਾਨੂੰ ਮਾਰ ਗਏ, ਬਸ ਹੋਰ ਕੁਛ ਨਹੀਂ ਹੋਊਗਾ। ਨਹੀਂ, ਰੰਗ ਸਿੰਘ ਜੀ, ਤੁਸੀਂ ਪੁਲਿਸ ਦੇ ਵਿੱਚ ਇੰਨਾ ਸਮਾਂ ਸੇਵਾ ਕੀਤੀ, ਤੁਸੀਂ ਖਿਡਾਰੀ ਨੂੰ ਕਿਵੇਂ ਕਹਿ ਸਕਦੇ? ਮੈਂ ਨਹੀਂ, ਅਸੀਂ ਜੇਲ੍ਹ 'ਚ ਬੈਠੇ ਹਾਂ, ਉਹ ਖਿਡਾਰੀ ਨੇ ਸਾਨੂੰ ਠੋਕ ਗਏ ਜੀ, ਬਸ ਹੋਰ ਕੋਈ ਗੱਲ ਨਹੀਂ। ਸਮਗਲਰ ਉਹਨੇ, ਕਾਤਲ ਉਹਨੇ, 10 ਕਤਲ ਉਹਨਾਂ ਨੇ ਕੀਤੇ ਆ, ਸੋ ਸਾਨੂੰ ਕਾਤਲ ਦੱਸੀ ਜਾਂਦੇ ਆ, ਅਸੀਂ ਕੁਛ ਕੀਤਾ ਹੀ ਨਹੀਂ। ਸਾਨੂੰ ਆਪਾਂ ਧਰਨੇ ਧੁਰਨੇ ਲਾ ਕੇ ਸਾਨੂੰ ਠੋਕ ਗਿਆ, ਤੁਸੀਂ ਸਭ ਕੁਝ ਦੇਖਿਆ, ਸਾਡਾ ਕੋਈ ਕਸੂਰ ਨਹੀਂ, ਵੀ ਸੱਚ ਬੋਲਦੇ ਹਾਂ, ਇਹ 'ਚ ਕੋਈ ਸ਼ੱਕ ਨਹੀਂ। ਨਰੰਗ ਜੀ, ਬਿਕਰਮਦੀਪ ਕਿਡਨੈਪਿੰਗ ਦਾ ਤੁਹਾਡੇ 'ਤੇ ਚਾਰਜ ਲੱਗਿਆ ਸੀ, ਕਿਉਂ ਕਿਡਨੈਪਿੰਗ ਜਿਹੜੀ ਇਹ ਪੁਲਿਸ ਦੇ ਆਪਣਾ ਅਕਸ ਬਚਾਉਣ ਲਈ ਸਾਨੂੰ ਠੋਕਿਆ, ਸਾਨੂੰ ਬਲੀ ਦੇ ਬੱਕਰੇ ਬਣਾਇਆ? ਸੀਨੀਅਰ ਅਧਿਕਾਰੀ ਜਿਹੜੇ ਸੀ, ਸੀਨੀਅਰ ਅਧਿਕਾਰੀਆਂ ਨੇ ਬੱਕਰੇ ਬਲੀ ਦੇ ਬੱਕਰੇ ਕੀ ਕਰੋਗੇ? ਅਸੀਂ ਹਾਈ ਕੋਰਟ ਜਾਵਾਂਗੇ, ਉੱਤੇ ਲੜਾਂਗੇ, ਕੇਸ ਲੜਾਂਗੇ, ਹੋਰ ਕੀ ਕਰਨਾ? ਇਹ ਤਾਂ ਸਾਨੂੰ, ਅਸੀਂ ਸਨਮਾਨ ਕਰਦੇ ਹਾਂ ਅਦਾਲਤ ਦਾ, ਉਹਨੇ ਜੋ ਕਰਤਾ ਠੀਕ ਆ। ਸਾਰੇ ਦੋਸ਼ੀਆਂ ਨੂੰ ਇੱਕੋ ਜਿਹੀ ਸਜ਼ਾ ਮਿਲਣਾ ਆਪਣੇ ਆਪ ਵਿੱਚ ਇੱਕ ਅਲੱਗ ਮਾਮਲਾ ਬਣ ਗਿਆ। ਅਦਾਲਤੀ ਇਤਿਹਾਸ ਵਿੱਚ ਅਜਿਹਾ ਨਹੀਂ ਹੋਇਆ ਕਿ ਇੱਕ ਮਾਮਲੇ ਵਿੱਚ 13 ਦੋਸ਼ੀਆਂ ਨੂੰ ਇੱਕੋ ਜਿਹੀ ਸਜ਼ਾ ਸੁਣਾਈ ਗਈ ਹੋਵੇ। ਮੇਰੇ ਚਾਚਾ ਜੀ ਸੀ, ਉਹ ਇੱਕ ਐਜ਼ ਏ ਉਹਨਾਂ ਦੀ ਡਿਊਟੀ ਲੱਗੀ ਹੋਈ ਸੀ ਕਿ ਉਹਨਾਂ ਨੂੰ ਹੋਸਪਿਟਲ 'ਚ ਐਡਮਿਟ ਕੀਤਾ ਗਿਆ ਸੀ। ਸਾਨੂੰ ਨਹੀਂ ਪਤਾ ਬਾਹਰੋਂ ਕਿਸ ਤਰ੍ਹਾਂ ਕੋਈ ਬਾਹਰਲੀ ਪੁਲਿਸ ਆ ਕੇ ਚੁੱਕ ਕੇ ਲੈ ਗਈ, ਉਹ ਤਾਂ ਇੱਕ ਐਜ਼ ਏ ਡਿਊਟੀ ਹੈਗੇ ਸੀ, ਬਟ ਬਾਹਰੋਂ ਕੋਈ ਚੁੱਕ ਕੇ ਲੈ ਗਿਆ।
ਇਹਨਾਂ 'ਤੇ ਸਿਰਫ ਲਾਪਰਵਾਹੀ ਦਾ ਪਹਿਲਾਂ ਕੇਸ ਸੀ, ਬਾਅਦ ਵਿੱਚ ਸਭ ਦੇ ਨਾਲ ਬਰਾਬਰ ਕੇਸ ਕਰ ਦਿੱਤਾ ਗਿਆ। ਅਗਰ ਬਾਹਰਲੀ ਪੁਲਿਸ ਨੇ ਕੋਈ ਪਲੈਨਿੰਗ ਕੀਤੀ ਇਹਦਾ ਮਤਲਬ ਇਹ ਥੋੜ੍ਹੀ ਕਿ ਵੀ ਨਾਲ ਹੀ ਇਨਵੋਲਵ ਹੈਗੇ ਸੀ, ਇਹ ਤਾਂ ਔਨ ਡਿਊਟੀ ਹੈਗੇ ਸੀ। ਚਲੋ ਲਾਪਰਵਾਹੀ ਇਹਨਾਂ ਦੇ ਕੇਸ ਪਹਿਲਾਂ ਬੰਦ ਆਈ, ਪਰ ਬਾਅਦ ਵਿੱਚ ਉਹਨਾਂ 'ਤੇ ਬਰਾਬਰ ਧਾਰਾ ਕਿਉਂ ਲਗਾਈਆਂ ਗਈਆਂ? ਜੇਕਰ ਧਾਰਾ ਲਗਾਈਆਂ ਗਈਆਂ ਪਹਿਲਾਂ ਸਭ ਨੂੰ ਬਰਾਬਰ ਉਮਰ ਕੈਦ ਦਿੱਤੀ ਗਈ, ਜੱਜ ਸਾਹਿਬ ਨੇ ਕਿਉਂ ਨਹੀਂ ਵੇਖਿਆ ਕਿ ਕਿਹਦਾ ਕੀ ਦੋਸ਼ ਹੈਗਾ ਵਾ, ਕੋਈ ਕਿੰਨਾ ਇਨਵੋਲਵ ਹੈਗਾ ਕਿ ਕੇਸ ਵਿੱਚ? ਸਾਡੀ ਇਹੀ ਉਮੀਦ ਆ, ਅਪੀਲ ਆ ਕਿ ਸਾਡੀ ਆਵਾਜ਼ ਹਾਈਕੋਰਟ ਤੱਕ ਪਹੁੰਚਾਈ ਜਾਵੇ। ਇਸ ਕਾਰਨ ਦੋਸ਼ੀਆਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਨਾਇਨਸਾਫੀ ਜ਼ਾਹਿਰ ਕਰਦਿਆਂ ਅਗਲੀ ਕਾਰਵਾਈ ਕਰਨ ਦੀ ਗੱਲ ਆਖੀ ਹੈ। ਹੁਣ ਦੇਖਣਾ ਹੋਵੇਗਾ ਪੰਜਾਬ ਹਾਈਕੋਰਟ ਇਸ ਮਾਮਲੇ 'ਤੇ ਕੀ ਫੈਸਲਾ ਲੈਂਦੀ ਹੈ। ਜ਼ਿਕਰਯੋਗ ਹੈ ਕਿ ਇੰਸਪੈਕਟਰ ਨਾਰੰਗ ਸਿੰਘ ਸਮੇਤ ਦੋਸ਼ੀਆਂ ਵੱਲੋਂ ਬਿਕਰਮਜੀਤ ਨੂੰ ਅੰਮ੍ਰਿਤਸਰ ਤੋਂ ਬਟਾਲਾ ਲਿਜਾ ਕੇ ਇੱਕ ਫੈਕਟਰੀ ਵਿੱਚ ਥਰਡ ਡਿਗਰੀ ਟੌਰਚਰ ਦਿੱਤਾ ਸੀ, ਜਿਸ ਦੌਰਾਨ ਉਸਦੀ ਮੌਤ ਹੋ ਗਈ। ਮੌਤ ਦੇ ਬਾਅਦ ਲਾਸ਼ ਨਹਿਰ ਵਿੱਚ ਸੁੱਟ ਦਿੱਤੀ ਗਈ। ਇਸ ਮਾਮਲੇ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ SIT ਦਾ ਗਠਨ ਕੀਤਾ ਗਿਆ ਸੀ, ਜਿਸ ਦਾ ਨਤੀਜਾ ਹੈ 13 ਨੂੰ ਉਮਰ ਕੈਦ ਦੀ ਸਜ਼ਾ। ਅੰਮ੍ਰਿਤਸਰ ਤੋਂ ਸੁਖਚੈਨ ਸਾਗਰ ਦੇ ਨਾਲ ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ, GIC ਦੀ ਫੀਸ ਨਹੀਂ ਵੱਧ ਰਹੀ। ਇਫੈਕਟਿਵ 1 ਅਪ੍ਰੈਲ ਤੋਂ GIC ਦੀ ਫੀਸ 10,200 ਹੀ ਰਹੇਗੀ। ਸੋ ਜੇ ਤੁਸੀਂ ਸਪਟੈਂਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 9253 9563।